ਚੈਨਲ ਵਾਈ, ਚੈਨਲ ਵਾਈ, ਅ ਸਾਊਥ ਏਸ਼ੀਅਨ ਕੈਨੇਡੀਅਨ ਚੈਨਲ। ਵਾਈ ਮੀਡੀਆ ਗਰੁੱਪ ਦੇ ਚੈਨਲ ਵਾਈ ਦੇ ਸਾਰੇ ਦਰਸ਼ਕਾਂ ਨੂੰ ਕਮਲਪ੍ਰੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਓ ਨਜ਼ਰ ਮਾਰਦੇ ਹਾਂ ਦੇਸ਼ ਵਿਦੇਸ਼ ਤੇ ਪੰਜਾਬ ਦੀਆਂ ਕੁਝ ਖਬਰਾਂ ਤੇ। ਵੱਡੀ ਖਬਰ ਤੋਂ ਸ਼ੁਰੂਆਤ ਕਰਦੇ ਹਾਂ। ਲੋਕ ਸਭਾ ਚੋਣਾਂ 2024 ਦੀ ਵੋਟਿੰਗ ਸ਼ੁਰੂ ਹੋ ਗਈ ਹੈ। ਇਸੇ ਕੜੀ ਦੇ ਤਹਿਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਹਨਾਂ ਦੀ ਪਤਨੀ ਗੁਰਪ੍ਰੀਤ ਕੌਰ ਵੱਲੋਂ ਵੋਟ ਪਾ ਕੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਗਿਆ ਹੈ। ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਪਤਨੀ ਗੁਰਪ੍ਰੀਤ ਕੌਰ ਦੇ ਨਾਲ ਵੋਟ ਪਾਉਣ ਪਹੁੰਚੇ। ਮੁੱਖ ਮੰਤਰੀ ਦੇ ਵੱਲੋਂ ਸੰਗਰੂਰ ਦੇ ਪਿੰਡ ਮੰਗਵਾਲ ਦੇ ਪੋਲਿੰਗ ਬੂਥ 'ਤੇ ਵੋਟ ਪਾਈ ਗਈ। ਦੱਸ ਦਈਏ ਕਿ ਆਪਣੀ ਵੋਟ ਪਾਉਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕ ਜਾਗਰੂਕ ਨੇ ਅਤੇ ਉਹ ਵੱਡੀ ਗਿਣਤੀ ਦੇ ਵਿੱਚ ਵੋਟ ਪਾਉਣਗੇ। ਸਾਨੂੰ ਆਪਣੇ ਅਧਿਕਾਰਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਵੋਟ ਪਾਉਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ 75% ਤੋਂ ਵੱਧ ਵੋਟਾਂ ਪੈਣ ਦੀ ਉਮੀਦ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੈਂ ਪੰਜਾਬੀਆਂ ਨੂੰ ਅਪੀਲ ਕਰਦਾ ਕਿ ਉਹ ਘਰਾਂ ਤੋਂ ਬਾਹਰ ਨਿਕਲਣ ਅਤੇ ਵੋਟ ਪਾ ਕੇ ਚੰਗੇ ਨੁਮਾਇੰਦੇ ਚੁਣਨ। ਅੱਜ ਪੰਜਾਬ ਦੇ ਲੋਕਤੰਤਰ ਲਈ ਬਹੁਤ ਵੱਡਾ ਦਿਨ ਹੈ। ਅੱਜ 13 ਦੀਆਂ 13 ਲੋਕ ਸਭਾ ਸੀਟਾਂ 'ਤੇ ਵੋਟਿੰਗ ਹੋ ਰਹੀ ਹੈ ਔਰ ਪੰਜਾਬ ਦੀ ਜਿਹੜੀ ਵੋਟਿੰਗ ਦੀ ਹਿਸਟਰੀ ਰਹੀ ਹੈ ਉਹ ਇਹੀ ਕਹਿੰਦੀ ਹੈ ਕਿ ਪੰਜਾਬ ਦੇ ਲੋਕ ਭਾਰੀ ਗਿਣਤੀ 'ਚ ਆ ਕੇ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਦੇ ਨੇ। ਮਤਲਬ 70% ਤੋਂ ਵੀ ਉੱਪਰ, 75 ਤੋਂ ਵੀ ਉੱਪਰ, 80 ਤੋਂ ਵੀ ਉੱਪਰ ਪਰਸੈਂਟੇਜ ਜਿਹੜੀ ਦੇਖੀ ਗਈ ਹੈ। ਸੋ ਪੰਜਾਬ ਦੇ ਲੋਕ ਅਵੇਅਰ ਲੋਕ ਨੇ, ਚੇਤਨ ਲੋਕ ਨੇ। ਇਹ ਜਿਹੜਾ ਵੋਟਰ ਕਾਰਡ ਹੈ ਇਹ ਸਾਨੂੰ ਸ਼ਹੀਦਾਂ ਨੇ ਆਪਣਾ ਖੂਨ ਦੀਆਂ ਕੁਰਬਾਨੀਆਂ ਦੇ ਕੇ ਲੈ ਕੇ ਦਿੱਤਾ। ਸੋ ਇਹਨੂੰ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ। ਮੈਂ ਤੁਹਾਡੇ ਜ਼ਰੀਏ ਸਾਰੇ ਪੰਜਾਬੀਆਂ ਨੂੰ ਬੇਨਤੀ ਕਰੂੰਗਾ ਕਿ ਕੋਈ ਗੱਲ ਨਹੀਂ, ਇੱਕ ਦਿਨ ਗਰਮੀ ਝੱਲ ਲਾਂਗੇ, ਪਰ ਇਹ ਗਰਮੀ ਜਿਹੜੀ ਹੈ ਇੱਕ ਦਿਨ ਦੀ, ਇਹ ਤੁਹਾਡੇ ਬੱਚਿਆਂ ਦਾ ਭਵਿੱਖ ਜਿਹੜਾ ਉਹਨੂੰ ਬਦਲ ਸਕਦੀ ਹੈ। ਕਿਉਂਕਿ ਫਿਰ ਬਾਅਦ 5 ਸਾਲ ਗਾਲਾਂ ਕੱਢਣ ਦਾ ਕੋਈ ਫਾਇਦਾ ਨਹੀਂ ਕਿ ਆਹ ਸਰਕਾਰ ਆ ਗਈ, ਉਹ ਜਿਹੀ ਸਰਕਾਰ ਆ ਗਈ। ਉਸ ਸਰਕਾਰ ਨੂੰ ਚੁਣਨ ਦੇ ਵਿੱਚ ਹਿੱਸੇਦਾਰ ਜ਼ਰੂਰ ਬਣੋ। ਆਪਣਾ ਮਤ ਦਾ ਅਧਿਕਾਰ, ਮਤਦਾਨ ਕਹਿੰਦੇ ਆ, ਮਤ ਹੋ ਗਿਆ ਅਕਲ, ਆਪਣੀ ਅਕਲ ਦਾ ਦਾਨ ਹੈ ਕਿ ਮੈਂ ਆਪਣੀ ਮਤ ਜਿਹੜੀ ਆ ਉਹ ਇਸ ਉਮੀਦਵਾਰ ਨੂੰ ਦਾਨ ਕਰਨ ਲੱਗਿਆ ਤਾਂ ਕਿ ਇਹ ਕੰਮ ਕਰੇ, ਸਾਡੇ ਲਈ ਕੰਮ ਕਰੇ। ਸੋ ਚੰਗੇ ਬੰਦਿਆਂ ਨੂੰ ਚੁਣੋ, ਇਹੀ ਕਹੂੰਗਾ ਮੈਂ, ਜਿਹੜੇ ਤੁਹਾਡੇ ਦੁੱਖਾਂ ਸੁੱਖਾਂ 'ਚ ਸਹਾਈ ਹੁੰਦੇ ਹੋਣ, ਤੁਹਾਡੇ ਵਿੱਚ ਰਹਿੰਦੇ ਹੋਣ, ਜਿਨ੍ਹਾਂ ਨੇ ਆਪਣੇ ਪਿੰਡੇ 'ਤੇ ਗਰੀਬੀਆਂ ਹੰਢਾਈਆਂ ਹੋਣ, ਆਮ ਘਰਾਂ ਦੇ ਵਿੱਚ ਰਹਿ ਕੇ ਜਿਨ੍ਹਾਂ ਨੇ ਸਾਰੀਆਂ ਦੁਸ਼ਵਾਰੀਆਂ ਝੱਲੀਆਂ ਹੋਣ, ਜਦੋਂ ਇਹੋ ਜਿਹੇ ਬੰਦੇ ਵਿਧਾਨ ਸਭਾ ਦੀਆਂ ਜਾਂ ਪਾਰਲੀਮੈਂਟ ਦੀਆਂ ਪੌੜੀਆਂ ਚੜ੍ਹਦੇ ਆ ਫਿਰ ਕਾਨੂੰਨ ਵੀ ਅੰਦਰੋਂ ਇਹੋ ਜਿਹੇ ਬਣ ਕੇ ਆਉਂਦੇ ਆ। ਸੋ ਮੈਂ ਅੱਜ ਆਪਣੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨਾਲ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ। ਪਹਿਲਾਂ ਮੇਰੀ ਵੋਟ ਮੋਹਾਲੀ ਹੁੰਦੀ ਸੀ ਪਰ ਅਸੀਂ ਸੰਗਰੂਰ ਬਣਾਈ ਹੈ। ਸੋ ਪਹਿਲੀ ਵਾਰ ਮੈਂ ਇੱਥੇ ਵੋਟ ਪਾਉਣ ਆਇਆ ਅਤੇ ਬਾਕੀ ਮੈਨੂੰ ਉਮੀਦ ਹੈ ਕਿ ਭਾਵੇਂ ਸ਼ਹਿਰੀ ਇਲਾਕੇ ਨੇ, ਭਾਵੇਂ ਪੇਂਡੂ ਨੇ, ਭਾਵੇਂ ਕਸਬਿਆਂ ਵਾਲੇ ਨੇ, ਪੰਜਾਬ ਦੇ ਵਿੱਚ ਬਹੁਤ ਭਾਰੀ ਵੋਟਿੰਗ ਹੋਊਗੀ ਅਤੇ ਉਸ ਭਾਰੀ ਵੋਟਿੰਗ ਦਾ ਪੂਰੇ ਦੇਸ਼ ਨੂੰ ਇੱਕ ਮੈਸੇਜ ਵੀ ਜਾਊਗਾ ਕਿ ਪੰਜਾਬੀ ਇੱਕ ਇਹੋ ਜਿਹੀ ਜਿਹੜੀ ਕੌਮ ਹੈ, ਪੰਜਾਬ ਦੇ ਇੱਕ ਇਹੋ ਜਿਹੇ ਲੋਕ ਨੇ ਜਿਹੜੇ ਆਪਣੇ ਅਧਿਕਾਰਾਂ ਦਾ ਇਸਤੇਮਾਲ ਕਰਨਾ ਜਾਣਦੇ ਨੇ। ਜੇ ਹਰ ਇਨਕਲਾਬ ਨੂੰ ਲੀਡ ਕਰਨਾ ਜਾਣਦੇ ਨੇ ਤਾਂ ਉਹ ਆਪਣੇ ਅਧਿਕਾਰਾਂ ਦਾ ਇਸਤੇਮਾਲ ਕਰਨਾ ਚਾਹੁੰਦੇ। ਬਿਲਕੁਲ ਬਿਲਕੁਲ, ਕੋਈ ਬਾਤ ਨਹੀਂ, ਪੰਜਾਬੀਓ ਕੇ ਲਈ ਗਰਮੀ ਕੋਈ ਖਾਸ ਐਸੀ ਨਹੀਂ ਮਾਇਨੇ ਰੱਖਤੀ, ਕਿਉਂਕਿ ਹਮ ਲੋਕ ਖੇਤੋਂ ਮੇ ਕੰਮ ਕਰਕੇ ਆਏ ਹੈ। ਹਮ ਲੋਕ 48-50 ਡਿਗਰੀ ਮੇ ਤੋ ਆਮ ਤੌਰ ਪਰ ਹੀ ਘੁੰਮਤੇ ਰਹਤੇ ਹੈ। ਤੋ ਮੇਰੇ ਖਿਆਲ ਮੇ 70% ਸੇ ਜ਼ਿਆਦਾ, 75% ਸੇ ਵੀ ਜ਼ਿਆਦਾ ਵੋਟਿੰਗ ਕੀ ਉਮੀਦ ਹੈ। ਤੋ ਇੱਕ ਘੰਟੇ ਮੇ 10% ਹੋ ਗਈ ਹੈ ਇਸ ਬੂਥ ਪੇ, ਤੋ ਇੱਕ ਘੰਟੇ ਮੇ 10% ਹੋ ਗਈ ਹੈ। ਤੋ ਇਸਕਾ ਮਤਲਬ ਅਗਰ ਥੋੜ੍ਹਾ 1 ਵਜੇ 2 ਵਜੇ ਥੋੜ੍ਹਾ ਸਲੋ ਵੀ ਹੋ ਗਿਆ ਤੋ 4-5 ਵਜੇ ਫਿਰ ਅਪ ਹੋਗਾ।
तो 70 से 80 की तरफ जा रहा है। वोट की कीमत तो जो मेरे सामने लाइन में खड़ा है उसकी भी वही है ना, वोटर कार्ड तो उसके पास भी वही है, मेरे पास भी वही है, तो लाइन में लगने में कोई हर्ज नहीं है। वीवीपैट का कोई इशू सीगा वो उन्होंने चेंज कर सर 13 दिया 13 हॉट ने, क्योंकि देश की सरकार बनाउणी है। कल्ले संगरूर ने नहीं 13 दिया 13 हॉट ने, और 13 दिया 13 साढ़े लिए अच तो वैसे ही हॉट डे है, ठीक है ना। तो फिर कोई भी सीट कोई ऐसे मायने नहीं रखती भी आता कोई गल नहीं, तो आ गई जाए तो घट मेहनत करो। मैं 122 रैलियां कीतियां पिछले 25 दिन च, मैं कोई ये हल्का नहीं है इदा लिया कि नहीं इतने तो चलो जितते ही पे हैं जां फलाना, जिन्ना चिर रीबन च नहीं बजते उन्ना चिर पिछे मुड़ के नहीं कहने, देखना चाहिए। अपने वालों एफर्ट की है, पॉजिटिव कमेंट करा, मैं पॉजिटिव कंपेन करा, मैं अपने कामों की, मैं अपने बिजली दे, अपने पानी दे, अपने नौकरियां दे, जिन्हें भी काम किए मैं उन्होंने नाते वोट मंगी है। एक भी तुम देख लो कि मेरी कोई शिकायत इलेक्शन कमीशन को मेरे तो कोई लूज टॉक होगी या मैं कुछ कोई गलत करता, मैं बिल्कुल चोन जाबते के बिच रह के काम किया। जे कि एक दिन 9:50 हो गए थे, 9:52 बंद करता स्पीकर, क्योंकि 10 बजे तो पहला खत्म करना होंगे। सो कदे भी असी कोई इस तरह का जो चोन जाबता तोड़न की कोशिश नहीं की। अज भी मैं यही बेनती करूँगा जिन्हें भी इतने आने तुम भी बेनती करूँगा कोई ऐसा सवाल ना पूछ लियो किनू वोट पा के आए हो जी, फिर वह तो फिर अज शाम तो बाद एग्जिट पोल करोगे, परसों चौथे तो बाद पता लग जूगा किनू पाई है। सो बस मैं यही बेनती करूंगा कि वोटिंग जरूर करो और परसेंटेज जिहड़ी पंजाब दी उह देश दे सब तो उपर होनी चाहीदी। इस दे नाल ही उन्हां दी पत्नी डॉक्टर गुरप्रीत कौर ने कहा कि मैं औरतां नूं अपील करदी हां कि उह वड्डी गिनती दे विच अपने घरां चों बाहर आके वोट पाउण, सानूं इक चंगी सरकार चुणन दे विच वी योगदान पाउणा चाहीदा है जो साडे लई काम कर सके। देखो मेरा लेडीज़ नू यही अपील है कि सब तो ज़्यादा वोट आपा पा के दिखाइए। पहला यूजली सुनने नू आंदा कि लेडीज़ दी पोलिंग कट हुई है, सो इस बार लेडीज़ गर्मी गुरमी ना मनन ते वध तो वध पोलिंग आके करन ते आपा भी इतिहास बदलीए सरजीए, आपा पूरा योगदान पाइए एक नवी सरकार नू, एक चंगी सरकार नू जिहड़ा चुनीए जिहड़ा अपने लिए काम कर सके।